ਜਿਹੜੇ ਉਹ ਭਾਈ ਸਾਹਿਬ ਪੁੱਛਦੇ ਸੀਗੇ ਵੀ ਆਪਣੇ ਸਪਰਮ ਘੱਟ ਹੈਗੇ, ਮਦਾਨਾ ਤਾਕਤ ਘੱਟ ਹੈਗੀ, ਉਹ ਤੁਸੀਂ ਅਖਰੋਟ ਖਾਓ ਜੀ, ਜਿਸ ਸੰਬੰਧੀ ਉਹਨਾਂ ਨੂੰ ਪ੍ਰੋਬਲਮ ਹੈਗੀ, ਤੁਸੀਂ ਅਖਰੋਟ ਖਾਦੇ ਕਰੋ 3-4 ਰੋਜ਼, ਇਹ ਬਹੁਤ ਵਧੀਆ ਚੀਜ਼ ਹੈ ਬਈ ਇਹਦੇ ਵਾਸਤੇ। ਜਾਂ ਫਿਰ ਤੁਸੀਂ ਇਹਦੇ ਵਿੱਚ ਲੈ ਸਕਦੇ ਹੈਗੇ ਬਦਾਮ, 10 ਕੁ ਬਦਾਮ ਤੁਸੀਂ ਰੋਜ਼ ਆਪਣੇ ਛਿਲਕਾ ਲਾ ਕੇ ਭਿਓ ਕੇ ਰੱਖਦੇ ਨੇ, ਛਿਲਕਾ ਲਾ ਕੇ ਇਹਦੇ ਵਿੱਚੋਂ ਥੋੜ੍ਹੀ ਮਿਸ਼ਰੀ ਪਾ ਕੇ, ਅਤੇ 1 ਚਮਚਾ ਦੇਸੀ ਘੀ ਦਾ ਪਾਉਣਾ ਹੈਗਾ 7 ਬਦਾਮ 10 ਕੁ ਬਦਾਮਾਂ 'ਚ, ਅਤੇ ਥੋੜ੍ਹੀ ਜਿਹੀ ਆਪਣੇ ਮਿਸ਼ਰੀ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਕੇ ਉੱਪਰੋਂ ਦੁੱਧ ਪੀ ਲੈਣਾ ਹੈਗਾ ਕੁਛ, ਇਹ ਸਪਰਮ ਦੇ ਕੰਟੈਨ ਵਧਾ ਦਿੰਦੇ ਜੀ। ਅੱਛਾ, ਫਿਰ ਤੁਸੀਂ ਆਪਣੇ ਸਪਰਮ ਵਾਸਤੇ ਵਧਾਉਣੇ ਨੂੰ 1/2 ਚਮਚਾ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ ਦਾ, ਅਤੇ 1 ਚਮਚਾ ਮਿਸ਼ਰੀ ਦਾ, ਇਹ ਖਾ ਕੇ ਉੱਪਰੋਂ ਉਹਨੇ ਦੁੱਧ ਪੀ ਲੈਣਾ ਹੈਗਾ ਜੀ। ਅਤੇ ਇਹਦੇ ਵਿੱਚ ਮੈਂ ਸਪਰਮ ਹੋਰ ਵਧਾਉਣੇ, ਤੁਸੀਂ 2-3 ਟਮਾਟਿਆਂ ਦਾ ਸੂਪ ਬਣਾ ਕੇ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਜੀ, ਪੀਣਾ ਹੈਗਾ ਜੀ, ਟਮਾਟਿਆਂ ਦਾ ਸੂਪ ਬਣਾ ਕੇ ਆਪਣੇ ਜੇ ਘਰ ਬਣਾਓਗੇ ਤਾਂ ਹੀ ਵਧੀਆ, ਟਾਉਣ ਟੁਣ ਵਾਲਾ ਨਾ ਲਿਓ ਤਾਂ ਠੀਕ ਹੈ ਰਹੀਏ। ਅੱਛਾ ਜੀ, ਫਿਰ ਕਾਲੀ ਮਿਰਚਾਂ ਤੁਸੀਂ ਲੈ ਸਕਦੇ ਹਾਂ, 5-4 ਕਾਲੀ ਮਿਰਚਾਂ ਇਹਦੇ ਦੁੱਧ, ਇਹ ਵੀ ਲੈ ਸਕਦੇ ਹਾਂ ਤੁਸੀਂ, ਇਹ ਵੀ ਆਪਣੇ ਠੀਕ ਕਰ ਦਿੰਦੇ ਜੀ। ਅੱਛਾ, ਜਿਹਨਾਂ ਦਾ ਉਹਨੇ ਪ੍ਰੋਸਟੇਟ ਕੈਂਸਰ ਹੋਇਆ ਵਾ ਹੁੰਦਾ ਜੀ, ਉਹ ਵੀ ਆਪਣੇ ਟਮਾਟਿਆਂ ਦਾ ਸੂਪ ਜੇ ਬਣਾ ਕੇ ਪੀਣ ਦਾ ਜਿਵੇਂ, ਉਹ ਵੀ ਆਪਣੇ ਬਹੁਤ ਵਧੀਆ ਚੀਜ਼ ਹੈਗਾ ਜੀ। ਫਿਰ ਅਮਰੂਦ ਅਤੇ ਪਪੀਤਾ ਇਹ ਤੁਸੀਂ ਖਾ ਸਕਦੇ ਹੈਗੇ, ਇਹਦੇ ਵਿੱਚੋਂ ਜ਼ਿਆਦਾ, ਇਹ ਵੀ ਮੈਦਾਨੀ ਤਾਕਤ ਵਾਸਤੇ ਵਧੀਆ ਚੀਜ਼ ਹੈਗੀ ਹੈ। ਅੱਛਾ, ਮੈਦਾਨੀ ਤਾਕਤ ਵਾਸਤੇ ਤੁਸੀਂ ਲੈ ਸਕਦੇ ਹੈਗੇ 60 ਗ੍ਰਾਮ ਤੁਸੀਂ ਲੈਣਾ ਹੈਗਾ ਪਿਆਜ਼ ਦਾ ਰਸ, ਅਤੇ 60 ਗ੍ਰਾਮ ਇਹ ਵਿੱਚੋਂ ਪਾਉਣਾ ਹੈਗਾ ਦੇਸੀ ਘੀ, ਇਹ ਮਿਕਸ ਕਰ ਲੈਣਾ ਤੁਸੀਂ, ਅਤੇ ਇਹਦੇ ਵਿੱਚੋਂ ਤੁਸੀਂ 1 ਗਲਾਸ ਦੁੱਧ ਦਾ ਲੈ ਕੇ ਪਾ ਕੇ ਤੁਸੀਂ ਆਪਣੇ ਇਹਨੂੰ ਗਰਮ ਕਰਨਾ ਹੈਗਾ ਜੀ ਘੀ, ਅਤੇ ਆਪਣੇ ਜੇ ਤੁਹਾਨੂੰ ਆਪਣੇ ਘੀ ਜ਼ਿਆਦਾ ਲੱਗਦਾ ਤਾਂ ਤੁਸੀਂ ਘੱਟ, ਇਸ ਟੂ ਮੱਚ ਹੋ ਜੂਗਾ ਜ਼ਿਆਦਾ, ਤੁਸੀਂ 20 ਕੁ ਗ੍ਰਾਮ ਘੀ ਰੱਖੋ ਸਟਾਰਚ, ਦੋ ਚਮਚੇ ਤੁਸੀਂ ਘੀ ਦੇ ਰੱਖੋ ਜੀ ਅੰਦਾਜ਼ ਨਾਲ, ਅਤੇ ਪਿਆਜ਼ ਦਾ ਰਸ ਲੈਣਾ 50-60 ਗ੍ਰਾਮ, ਇਹਨੂੰ ਦੁੱਧ ਦੇ ਵਿੱਚੋਂ ਪਾ ਕੇ ਉਬਾਲਣਾ ਹੈਗਾ ਜੀ, ਜਿਸ ਤਰ੍ਹਾਂ ਆਪਾਂ ਖੀਰ ਧਰਦੇ ਐਂ ਧਰਨਾ ਹੈਗਾ, ਅਤੇ ਵਿੱਚੋਂ ਆਪਣੇ ਮਿਸ਼ਰੀ ਮਿਲਾ ਦੇਣੀ ਹੈਗੀ, ਇਹ ਤੁਸੀਂ ਆਪਣੇ ਫਿਰ ਪੀਣਾ ਹੈਗਾ ਦੁੱਧ, ਮਹੀਨੇ ਮੇ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੀ ਤਾਕਤ ਬਹਿਕ ਲੱਗ ਜੂਗੀ। ਫਿਰ ਨਹੀਂ ਤਾਂ 2 ਅਖਰੋਟ, 10 ਬਦਾਮ, 10 ਮਨੱਕੇ, 10 ਪਿਸਤੇ ਦੇ ਦਾਣੇ, 1 ਮੁੱਠੀ ਕਾਲੇ ਛੋਲੇ, ਅੱਛਾ ਫਿਰ ਨਾਰੀਅਲ ਥੋੜ੍ਹਾ ਜਿਹਾ 2 ਛੁਆਰੇ, ਇਹ ਸਾਰੀਆਂ ਚੀਜ਼ਾਂ ਰੱਖ ਲਓ ਤੁਸੀਂ ਆਪਣੇ ਇੱਕ ਕੌਲੀ 'ਚ ਬਣਾ ਕੇ, ਜਾਂ ਥੋੜ੍ਹਾ ਜੀ ਕਰਿਆ ਥੋੜ੍ਹੇ ਜਿਹਾ ਆਪਣੇ ਖਾਦੇ ਕਰੋਗੇ, ਠੀਕ, ਸਾਰੀਆਂ ਚੀਜ਼ਾਂ ਮਿਕਸ ਜਿਹੀਆਂ ਕਰਕੇ ਰੱਖ ਲਓ, ਜਿਸ ਤਰ੍ਹਾਂ ਆਪਾਂ ਸਨੈਕ ਜਿਹਾ ਖਾਂਦੇ ਹਾਂ, ਉਸ ਟਾਈਮ ਆਪਣੇ ਖਾ ਲਏ ਕਾਲੇ ਛੋਲੇ ਭੁੰਨੇ ਵੇਲੇ ਨਹੀਂ ਹੈਗੇ, ਤੁਸੀਂ ਭੁੰਨੇ ਬਣਾਏ ਮਿਲ। ਅੱਛਾ, ਨਹੀਂ ਤਾਂ ਆਪਣੇ ਤੁਸੀਂ ਇਹਦੇ ਵਾਸਤੇ 1 ਚੁਟਕੀ ਤੁਲਸੀ ਦੇ ਦੁੱਧ ਦੇ ਵਿੱਚ ਉਬਾਲ ਕੇ, ਤੁਸੀਂ ਦੁੱਧ ਦੇ ਵਿੱਚ ਇਹ ਚੀਜ਼ਾਂ ਲੈਣੀਆਂ, ਭਾਵੇਂ ਤੁਸੀਂ ਦੁੱਧ ਦੇ ਵਿੱਚ ਤੁਲਸੀ ਉਬਾਲ ਲਿਆ ਕਰੋ ਥੋੜ੍ਹੀ ਜਿਹੀ ਨਾਲ, ਉਹ ਵਧੀਆ ਰਹੂਗੀ ਤੁਹਾਨੂੰ, ਇਹ ਵੀ ਠੀਕ ਰਹੂਗੀ। ਫਿਰ ਤੁਸੀਂ ਆਪਣੇ ਮਹਾਂ ਦੀ ਦਾਲ ਦੀ ਆਪਣੇ ਪੰਜੀਰੀ ਬਣਾ ਕੇ ਖਾ ਸਕਦੇ ਹੈਗੇ ਮਹਾਂ ਦੀ, ਇਹ ਵਧੀਆ ਚੀਜ਼ ਰਹੂਗੀ। ਨਹੀਂ ਇਹ ਵੀ ਕਰਨੇ ਤੁਸੀਂ ਆਪਣੇ ਗਾਜਰਾਂ ਦਾ ਜੂਸ 1 ਕੱਪ, ਅਤੇ ਇਹ ਤੁਸੀਂ ਲੈ ਸਕਦੇ ਹੈਗੇ, ਗਾਜਰਾਂ ਦਾ ਜੂਸ ਚੰਗਾ ਰਹਿੰਦਾ ਹੈਗਾ। ਫਿਰ ਜੇ ਤੁਹਾਨੂੰ ਮੁਸਲੀ ਪਾਕ, ਇਹ ਤੁਸੀਂ ਆਰਡਰ ਦੇ ਕੇ ਮੰਗਾ ਸਕਦੇ ਹੋ, ਜੇ ਨਹੀਂ ਤੁਹਾਨੂੰ ਸਟੋਰਾਂ 'ਚੋਂ ਮਿਲ, ਮੁਸਲੀ ਪਾਕ ਇਹ ਤੁਸੀਂ ਆਪਣੇ 10 ਕੁ ਗ੍ਰਾਮ, ਜਾਂ ਜਿਸ ਤਰ੍ਹਾਂ ਡੱਬੀ 'ਤੇ ਲਿਖੀ ਵੀ ਹੋਊਗੀ 10-15 ਗ੍ਰਾਮ, ਤੁਸੀਂ 2 ਚਮਚੇ ਇਹ ਖਾ ਲਿਆ ਕਰੋ, ਇਹ ਵੀ ਤਾਕਤ ਦੇਣ ਵਾਸਤੇ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਆਪਣੇ ਹੈਗਾ ਜੀ, ਚਲੋ ਇਹ ਇੰਨੇ ਸਟਾਰਟ ਕਰਕੇ ਦੇਖੇ, ਫਿਰ ਅਗਲੇ ਵੀਕ ਮੈਂ ਹੋਰ ਕੋਈ ਆਪਣੇ ਦਵਾਈਆਂ ਭਾਲ ਕੇ ਦਊਂਗਾ ਜੀ, ਐਤਕੀ ਪਾ।